ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਰੁਪਿੰਦਰਜੀਤ ਸਿੰਘ ਹੈ ਤੇ ਮੈਂ ਬੇਸਿਕਲੀ ਪਟਿਆਲਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ, ਪੰਜਾਬ ਤੋਂ। ਇਸ ਟਾਈਮ ਮੈਂ ਆਸਟ੍ਰੇਲੀਆ ਦੇ ਮੈਲਬਨ ਸ਼ਹਿਰ ਵਿੱਚ ਬੈਠਾ ਤੇ ਇੱਥੇ ਮੈਂ ਮੈਲਬਨ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਮਾਸਟਰਸ ਆਫ ਨੈਟਵਰਕਿੰਗ ਵਿਦ ਮੇਜਰਸ ਇਨ ਸਾਈਬਰ ਸਿਕਿਉਰਿਟੀ ਦਾ ਕੋਰਸ ਕਰ ਰਿਹਾ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਮੈਂ ਤੇ ਮੇਰਾ ਇੱਕ ਦੋਸਤ ਮੋਹਿਤ ਸੈਣੀ ਅਸੀਂ ਇੱਕ ਨਵਾਂ ਚੈਨਲ YouTube ਚੈਨਲ ਸਟਾਰਟ ਕਰਨ ਲੱਗੇ ਹਾਂ, ਜਿਹਦੇ ਵਿੱਚ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਰਿਲੇਟਡ ਜੋ ਵੀ ਇਸ਼ੂਜ਼ ਉਹਨਾਂ ਨੂੰ ਆਉਂਦੇ ਨੇ, ਚਾਹੇ ਉਹ ਇੰਡੀਆ ਬਹਿ ਕੇ ਆਉਣ ਜਦੋਂ ਉਹਨਾਂ ਨੇ ਇੱਥੇ ਆਉਣ ਦਾ ਪਲਾਨ ਕਰਨਾ ਹੁੰਦਾ ਹੈ, ਜਾਂ ਜਦੋਂ ਉਹ ਇੱਥੇ ਆਉਂਦੇ ਨੇ ਉਹਨਾਂ ਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ, ਤੇ ਉਹਨਾਂ ਦੇ ਰਿਲੇਟਡ ਕੀ ਜਾਣਕਾਰੀ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ, ਤੇ ਉਹਦੇ ਕਾਫੀ ਰਿਲੇਟਡ ਹੋਰ ਬਹੁਤ ਸਾਰੇ ਇਸ਼ੂਜ਼ ਅਸੀਂ ਇਹਦੇ 'ਚ ਡਿਸਕਲੋਜ਼ ਕਰਾਂਗੇ। ਤੇ ਉਹਨਾਂ ਮੇਨ ਚੈਨਲ ਦੇ ਇੰਟਰੋਡਕਸ਼ਨ ਤੇ ਜਾਣ ਤੋਂ ਪਹਿਲਾਂ ਮੈਂ ਮੋਹਿਤ ਸੈਣੀ ਵੀਰੇ ਨੂੰ ਕਹੂੰਗਾ ਕਿ ਉਹ ਥੋੜਾ ਜਿਹਾ ਆਪਣੇ ਬਾਰੇ ਦੱਸਣ, ਫਿਰ ਆਪਾਂ ਤੁਹਾਨੂੰ ਚੈਨਲ ਬਾਰੇ ਦੱਸਾਂਗੇ। ਥੈਂਕ ਯੂ ਮੋਹਿਤ ਵੀਰੇ। ਹਾਂਜੀ ਬਾਈ, ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੇਰਾ ਨਾਮ ਮੋਹਿਤ ਆ, ਮੈਂ ਵੀ ਐਟ ਪ੍ਰੈਜੈਂਟ ਮੈਲਬਨ ਸ਼ਹਿਰ 'ਚ ਬੈਠਾ ਹਾਂ, ਆਸਟ੍ਰੇਲੀਆ 'ਚ। ਤੇ ਮੈਂ ਮੈਲਬਨ 'ਚ ਆਇਆ ਸੀਗਾ ਸਾਲ 2018 'ਚ, 22 ਨਾਲ ਦਾ ਕਾਲਜ ਸੀਗਾ MIT। ਤੇ ਮੈਂ ਇੱਥੇ ਮਾਸਟਰ ਆਫ ਇੰਜੀਨੀਅਰਿੰਗ ਟੈਲੀਕਮਿਊਨੀਕੇਸ਼ਨ ਦੀ ਸਾਰੀ ਯੂਨਿਟਸ ਹਲੇ ਲਾਸਟ ਮੰਥ ਕੰਪਲੀਟ ਕੀਤੀ ਆ, ਤੇ ਐਟ ਪ੍ਰੈਜੈਂਟ ਮੈਂ ਇੰਟਰਨ ਵਰਕ ਕਰ ਰਿਹਾ ਹਾਂ ਫੋਰ 12 ਵੀਕਸ। ਤੇ ਬਾਈ ਦਾ ਮੈਨੂੰ ਬਹੁਤ ਵਧੀਆ ਲੱਗਿਆ ਸੀਗਾ, ਬਾਈ ਨੇ ਜਿਵੇਂ ਆਪਾਂ ਗੱਲ ਕੀਤੀ ਸੀਗੀ, ਤੇ ਬਾਈ ਨੇ ਕੁਆਇਨ ਕੀਤਾ ਸੀਗਾ ਆਈਡੀਆ ਵੀ ਆਪਾਂ ਇੱਕ ਵਧੀਆ ਪਲੇਟਫਾਰਮ ਲੈ ਕੇ ਆਉਂਦੇ ਹਾਂ ਜਿਹਦੇ 'ਤੇ ਆਪਾਂ ਸਾਰੀ ਪ੍ਰੋਬਲਮਸ ਦੱਸਾਂਗੇ ਸਟੂਡੈਂਟਸ ਨੂੰ, ਇੱਥੇ ਕੀ ਆਉਂਦੀਆਂ, ਇੱਥੇ ਆਉਣ ਤੋਂ ਪਹਿਲਾਂ ਕੀ ਆਉਂਦੀਆਂ, ਸਾਡੇ ਨਾਲ ਕਿਹੜੀਆਂ ਪ੍ਰੋਬਲਮਸ ਆਈਆਂ, ਉਹਦਾ ਸੋਲਿਊਸ਼ਨ ਕੀ ਹੋ ਸਕਦਾ। ਤੇ ਸਿੱਧੀ ਜਿਹੀ ਗੱਲ ਆ ਵੀ ਆਪਾਂ ਹੈ ਨਾ ਸਿੰਪਲ ਲੈਂਗੁਏਜ 'ਚ ਗੱਲ ਕਰਾਂਗੇ, ਮਤਲਬ ਕੋਈ ਹਰਡਲ ਨਹੀਂ ਹੋਊਗਾ, ਕੋਈ ਆਪਾਂ ਕੰਪਲੀਕੇਸ਼ਨ ਨਹੀਂ ਰੱਖਣੀ ਇਹਦੇ 'ਚ, ਨਾ ਆਪਾਂ ਕੰਪਲੈਕਸ ਸਟਰਕਚਰ ਕੋਈ ਬਣਾਉਣਾ ਆ। ਜਿਹੜੀ ਤੁਹਾਡੀ ਕੁਐਰੀਜ਼ ਹੋਣਗੀਆਂ ਉਹ ਤੁਹਾਡੀ ਕੁਐਰੀਜ਼ ਬੇਸਿਕਲੀ ਜਮ੍ਹਾਂ ਹੀ ਸਾਫ ਸ਼ਬਦਾਂ 'ਚ ਲਵਾਂਗੇ, ਤੇ ਤੁਹਾਨੂੰ ਉਹਦਾ ਉੱਤਰ ਵਿਦ ਪ੍ਰੂਫ ਆਪਾਂ ਜਿਵੇਂ ਕਿ ਲਿੰਕ ਡਿਸਕ੍ਰਿਪਸ਼ਨ 'ਚ ਇੱਥੇ ਦੀ ਕਰੰਟ ਨਿਊਜ਼, ਉੱਥੇ ਸਾਰੀ ਚੀਜ਼ਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਤੇ ਬਾਕੀ ਦੀ ਇੰਟਰੋਡਕਸ਼ਨ ਹੁਣ ਬਾਈ ਅੱਗੇ ਕੰਟੀਨਿਊ ਕਰੂਗਾ। ਥੈਂਕ ਯੂ ਮੋਹਿਤ ਵੀਰੇ ਆਪਣੇ ਬਾਰੇ ਦੱਸਣ ਲਈ। ਤਾਂ ਹੁਣ ਜੋ ਵੀ ਵਿਊਅਰ ਸਾਡੀ ਵੀਡੀਓ ਦੇਖ ਰਹੇ ਨੇ, ਮੈਂ ਉਹਨਾਂ ਨੂੰ ਆਪਣੇ ਚੈਨਲ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੂੰਗਾ ਕਿ ਸਾਡੇ ਚੈਨਲ ਦਾ ਅਸਲ ਮੋਟਿਵ ਕੀ ਹੈ। ਜਿੱਦਾਂ ਕਿ ਮੈਂ ਪਹਿਲਾਂ ਥੋੜ੍ਹਾ ਬਰੀਫ ਦੇ ਵਿੱਚ ਦੱਸਿਆ ਸੀ ਕਿ ਸਾਡਾ ਮੇਨ ਮੋਟਿਵ ਇਹੀ ਹੈ ਕਿ ਬੀਇੰਗ ਇੰਟਰਨੈਸ਼ਨਲ ਸਟੂਡੈਂਟਸ, ਅਸੀਂ ਜੇ ਇੱਥੇ ਕਿਸੇ ਦੇ ਸੀਨੀਅਰ ਬਣਦੇ ਹਾਂ, ਜੇ ਸਾਨੂੰ ਕਿਸੇ ਚੀਜ਼ ਦਾ ਕੋਈ ਐਕਸਪੀਰੀਅੰਸ ਹੈ, ਤਾਂ ਸਾਡੇ ਜਿਹੜੇ ਜੂਨੀਅਰਸ ਜਿਹੜੇ ਕੱਲ੍ਹ ਨੂੰ ਆਉਣਗੇ, ਜਾਂ ਜਿਹੜਾ ਹੋਰ ਆਉਣ ਵਾਲੇ 2-3 ਸਾਲਾਂ 'ਚ, ਜਾਂ ਕਦੇ ਵੀ ਕੋਈ ਵੀ ਆਊਗਾ ਸਟੂਡੈਂਟ, ਤਾਂ ਉਹਦੀ ਅਸੀਂ ਵੱਧ ਤੋਂ ਵੱਧ ਹੈਲਪ ਕਰ ਸਕੀਏ, ਤਾਂ ਉਸ ਚੀਜ਼ ਨੂੰ ਮੋਟਿਵ ਰੱਖ ਕੇ ਅਸੀਂ ਇਹ ਚੈਨਲ ਸਟਾਰਟ ਕਰਨਾ ਚਾਹੁੰਦੇ ਹਾਂ। ਤੇ ਇਹਦੇ ਵਿੱਚ ਬੇਸਿਕਲੀ ਸਾਡੇ ਜੋ ਮੇਨ ਮੇਨ ਮੁੱਦੇ ਹੋਣਗੇ ਉਹ ਹੋਣਗੇ ਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਟੂਡੈਂਟਸ ਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ, ਚਾਹੇ ਉਹਨਾਂ ਨੇ ਜਦੋਂ ਉੱਥੇ ਆਪਣਾ ਆਪਾਂ ਕਿਸੇ ਵੀ ਕੰਟਰੀ 'ਚ ਜਾਣਾ, ਉਹਦਾ ਫਾਈਲ ਪ੍ਰੋਸੈਸਿੰਗ ਸਟਾਰਟ ਕਰਨੀ ਆ, ਉਹਦੇ ਰਿਲੇਟਡ ਕੀ ਬੇਸਿਕ ਪ੍ਰੋਬਲਮਸ ਹੁੰਦੀਆਂ, ਤਾਂ ਉਹਨਾਂ ਨੂੰ ਆਪਾਂ ਕਿਵੇਂ ਕਿਵੇਂ ਹੈ ਨਾ ਵਰਕਆਊਟ ਕਰ ਸਕਦੇ ਹਾਂ, ਕਿ ਉਹਨਾਂ ਨੂੰ ਆਪਾਂ ਸੋਲਿਊਸ਼ਨਸ ਕਿਵੇਂ ਉਹਨਾਂ ਦੇ ਲੱਭ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਆਪਾਂ ਨੇ ਕਿਸੇ ਏਜੰਟ ਕੋਲ ਜਾਣਾ, ਉਹਦੇ ਕੋਲ ਕੀ ਪ੍ਰੋਬਲਮਸ ਆਉਂਦੀਆਂ ਨੇ, ਉਹ ਤੋਂ ਬਾਅਦ ਇੱਕ ਸਟੂਡੈਂਟ ਜਦੋਂ ਇੱਥੇ ਆਉਂਦਾ ਉਹਨੂੰ ਫਸਟ ਡੇ ਤੋਂ ਲੈ ਕੇ ਸਟਾਰਟਿੰਗ ਦੇ ਪਹਿਲੇ 2-3 ਮਹੀਨੇ ਵਿੱਚ ਕੀ ਪ੍ਰੋਬਲਮਸ ਆਉਂਦੀਆਂ ਨੇ, ਫਿਰ ਉਹਨੂੰ ਕੀ ਚੀਜ਼ਾਂ, ਮਤਲਬ ਹਰੇਕ ਚੀਜ਼ ਪ੍ਰਾਇੋਰਟਾਈਜ਼ ਕਰਨੀ ਚਾਹੀਦੀ ਆ, ਕਿ ਕਿਹੜੀ ਚੀਜ਼ ਮੈਂ ਪਹਿਲਾਂ ਕਰਨੀ ਹੈ, ਕਿ ਮੈਂ ਪਹਿਲਾਂ ਜੋਬ ਲੱਭਣੀ ਹੈ, ਜਾਂ ਮੈਂ ਕਿਸੇ ਤਰ੍ਹਾਂ ਦਾ ਪਹਿਲਾਂ ਕੋਈ ਲਾਇਸੈਂਸ ਲੈਣਾ ਜਾਂ ਕੋਈ ਸਰਟੀਫਿਕੇਸ਼ਨ ਲੈਣੀ ਹੈ, ਤਾਂ ਕਿ ਮੈਨੂੰ ਅੱਗੇ ਜਾ ਕੇ ਜੋਬ ਲੱਭਣ 'ਚ ਆਸਾਨੀ ਰਹੇ ਤੇ ਮੈਨੂੰ ਵਧੀਆ ਜੋਬਸ ਮਿਲ ਸਕਣ। ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਹੋਰ ਸੈਕਸ਼ਨ ਰੱਖਾਂਗੇ ਜਿਹਦੇ ਵਿੱਚ ਅਸੀਂ ਆਪਣੇ ਖੁਦ ਦੇ ਲਾਈਫ ਐਕਸਪੀਰੀਅੰਸ ਹੀ, ਸਾਡੇ ਨਾਲ ਕੀ ਪ੍ਰੋਬਲਮਸ ਆਈਆਂ ਨੇ, ਜੋ ਕਿ ਓਬਵੀਅਸਲੀ ਸਾਡੇ ਰੀਅਲ ਲਾਈਫ ਐਕਸਪੀਰੀਅੰਸ ਹੋਣਗੇ। ਤੇ ਉਸ ਤੋਂ ਬਾਅਦ ਸਾਡੇ ਜੋ ਸਟੂਡੈਂਟਸ ਜੋ ਚਾਹੇ ਇੱਥੇ ਨਾਲ ਦੇ ਹੈਗੇ ਨੇ, ਆਸਟ੍ਰੇਲੀਆ ਵਿੱਚ ਬੈਠੇ ਨੇ, ਚਾਹੇ ਕੋਈ ਕੈਨੇਡਾ ਵਿੱਚ ਬੈਠਾ, ਉਹਨਾਂ ਦੇ ਨਾਲ ਬੀਇੰਗ ਅ ਸਟੂਡੈਂਟ ਜਾਂ ਹੁਣ ਵੀ ਉਹਨਾਂ ਦੇ ਨਾਲ ਕੀ ਪ੍ਰੋਬਲਮਸ ਆਈਆਂ, ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਐਕਸਪਲੋਇਟੇਸ਼ਨ ਦਾ ਸਾਹਮਣਾ ਕਰਨਾ ਪਿਆ, ਉਹ ਚੀਜ਼ਾਂ ਅਸੀਂ ਇੱਥੇ ਡਿਸਕਲੋਜ਼ ਕਰ ਸਕੀਏ। ਤੇ ਇਹਦੇ ਨਾਲ ਅਸੀਂ ਇੱਕ ਚੀਜ਼ ਕਲੀਅਰ ਕਰਨੀ ਚਾਹਾਂਗੇ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਡੀਮੋਟੀਵੇਟ ਕਰਨਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਜੋ ਚੀਜ਼ ਹੈਗੀ ਆ ਉਹ ਸ਼ੀਸ਼ੇ ਵਾਂਗੂ, ਜੋ ਇੱਥੇ ਰੀਅਲ ਸਿਚੁਏਸ਼ਨ ਹੈਗੀ ਆ ਉਹ ਸ਼ੀਸ਼ੇ ਵਾਂਗੂ ਇੰਡੀਆ 'ਚ ਜਿਹੜੇ ਬੰਦੇ ਆਉਣਾ ਚਾਹੁੰਦੇ ਨੇ, ਜਾਂ ਉਹਨਾਂ ਦੇ ਜਿਹੜੇ ਫੈਮਿਲੀ ਦੇ, ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੇ ਹੋਰ ਉਹਨਾਂ ਨੂੰ ਸਪੋਰਟ ਕਰਨ ਵਾਲੇ ਫਰੈਂਡਸ ਨੇ ਉਹਨਾਂ ਦੇ, ਤਾਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗ ਸਕੇ ਕਿ ਇੱਥੇ ਜੇ ਕੁਛ ਸੌਖਾ ਹੈਗਾ, ਚਾਹੇ ਉਹ 1-50 ਬਣਦੇ ਨੇ, ਹੈ ਨਾ, ਉਹ ਚੀਜ਼ ਬੜੀ ਸੌਖੀ ਲੱਗਦੀ ਆ, ਪਰ ਜਦੋਂ 1-50 ਉਹ ਬਣਦੇ ਨੇ ਤਾਂ ਉਹ ਕਿਵੇਂ ਬਣਦੇ ਨੇ, ਉਹਦੇ 'ਚ ਕੀ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ, ਤਾਂ ਉਹ ਚੀਜ਼ਾਂ ਅਸੀਂ ਇਹਦੇ ਚੈਨਲ ਦੇ ਥਰੂ ਤੁਹਾਡੇ ਸਾਹਮਣੇ ਸਾਰਿਆਂ ਦੇ ਅੱਗੇ ਲਿਆ ਕੇ ਰੱਖਾਂਗੇ। ਤੇ ਹੁਣ ਮੈਂ ਮੋਹਿਤ ਵੀਰੇ ਨੂੰ ਕਹੂੰਗਾ ਥੋੜਾ ਜਿਹਾ ਹੋਰ ਇਹਦੇ 'ਚ ਐਡ ਆਨ ਕਰ। ਤੇ ਬਾਈ ਮੈਂ ਇੱਥੇ ਹਾਂ ਹੋਰ ਗੱਲ ਐਡ, ਜਿਵੇਂ ਬਾਈ ਨੇ ਦੱਸਿਆ ਕਿ ਸਾਫ ਸ਼ਬਦਾਂ ਦੇ ਡਿਸਕਲੇਮਰ ਬਾਈ ਨੇ ਦਿੱਤਾ, ਤੇ ਆਪਾਂ ਆਉਣ ਵਾਲੀ ਵੀਡੀਓ 'ਚ ਵੀ ਤੁਹਾਨੂੰ ਵਧੀਆ ਮੋਟੀਵੇਟ ਵੀ ਕਰਾਂਗੇ, ਆਪਾਂ ਤੁਹਾਨੂੰ ਪੋਜ਼ਿਟਿਵ ਆਪਾਂ ਚੀਜ਼ਾਂ ਤਾਂ ਦਿਖਾਵਾਂਗੇ ਤਾਂ ਕਿ ਤੁਸੀਂ ਇੱਥੇ ਆਉਣ ਲਈ ਮੋਟੀਵੇਟ ਹੋ, ਕਿਉਂਕਿ ਹਰ ਇੱਕ ਬੰਦੇ ਦਾ ਲਾਈਫ 'ਚ ਗੇਮ ਹੁੰਦਾ ਕਿ ਹੈ ਨਾ, ਆਪਣੇ ਘਰਦਿਆਂ ਦਾ ਜੋ ਵੀ ਉਹਨਾਂ ਦਾ, ਕਿਉਂਕਿ ਉਹ ਵੀ ਆਪਣਾ ਪੂਰੀ ਜ਼ਿੰਦਗੀ ਲਾ ਦਿੰਦੇ ਇੱਕ ਆਪਣੇ
ਤੇ ਆਪਾਂ ਉਮੀਦ ਕਰਾਂਗੇ ਕਿ ਤੁਸੀਂ ਵਧੀਆ ਹਨਾ ਮੋਟੀਵੇਟ ਤੁਹਾਨੂੰ ਕਰਾਂਗੇ ਤੇ ਨੈਗੇਟਿਵ ਚੀਜ਼ਾਂ ਆਪਾਂ ਤੁਹਾਨੂੰ ਤਾਂ ਦਿਖਾਵਾਂਗੇ ਵੀ ਤੁਸੀਂ ਉਹਨਾਂ ਚੀਜ਼ਾਂ ਤੋਂ ਕੁਝ ਸਿੱਖ ਸਕੋ ਤਾਂ ਕਿ ਤੁਸੀਂ ਵੀ ਇੱਥੇ ਜੇ ਆਓਗੇ ਤੁਸੀਂ ਵੀ ਸੇਮ ਸਿਚੁਏਸ਼ਨ 'ਚ ਤੁਹਾਨੂੰ ਲੰਘਣਾ ਪੈਣਾ ਆ ਤੁਸੀਂ ਇੱਥੇ ਲੈਂਡ ਕਰੋਗੇ ਲੈਂਡ ਹੋਣ ਤੋਂ ਪਹਿਲਾਂ ਪਹਿਲਾਂ ਜਿਹੜੀ ਲਾਈਫ ਜਰਨੀ ਹੁੰਦੀ ਆ ਉਹ ਬਿਲਕੁਲ ਇੱਕ ਡਿਫਰੈਂਟ ਪੱਖ ਹੁੰਦਾ ਇੱਥੇ ਆਉਣ ਜਿਵੇਂ ਮੈਨੂੰ ਤੇ ਰੁਪਿੰਦਰ ਬਾਈ ਨੂੰ ਵੀ ਪਤਾ ਹੀ ਆ ਕਿਉਂਕਿ ਆਪਾਂ ਵੀ ਬਥੇਰੇ ਆਪਾਂ ਤਾਂ ਆਈ ਸੋਚਦੇ ਸੀਗੇ ਵੀ ਬਾਹਰ ਆਉਣਾ ਹੀ ਬਹੁਤ ਵੱਡੀ ਗੱਲ ਆ ਹਰ ਇੱਕ ਬੰਦਾ ਸੋਚਦਾ ਬਾਹਰ ਆਉਣਾ ਬਹੁਤ ਵੱਡੀ ਗੱਲ ਆ ਹਾਂ ਮੈਂ ਮੰਨਦਾ ਬਾਹਰ ਆਉਣਾ ਬਹੁਤ ਵੱਡੀ ਗੱਲ ਆ ਖਾਸ ਕਰਕੇ ਆਪਣੇ ਹਨਾ ਨੌਰਥ ਰੀਜਨ ਦੇ ਜਿਹੜੇ ਇੰਡੀਆ ਦੇ ਨੌਰਥ ਰੀਜਨ ਦੇ ਬੰਦੇ ਨੇ ਬਾਹਰ ਆਉਣਾ ਬਹੁਤ ਵੱਡੀ ਗੱਲ ਮੰਨਦੇ ਆ ਚਲੋ ਰੱਬ ਦਾ ਸ਼ੁਕਰੀਆ ਅਦਾ ਜਿਹੜੇ ਜਿਹੜੇ ਬਾਹਰ ਪਹੁੰਚਦੇ ਨੇ ਵਧੀਆ ਆਪਣੀ ਲਾਈਫ ਸੈਟਲ ਕਰਨ ਉਹ ਤੋਂ ਬਾਅਦ ਜਿਹੜੀ 80% ਲਾਈਫ ਸਟਾਰਟ ਹੁੰਦੀ ਹੈ ਇੱਥੇ ਪਹੁੰਚ ਕੇ ਹੁੰਦੀ ਹੈ ਤੁਸੀਂ ਲੈਂਡ ਕਰਕੇ ਤੁਹਾਨੂੰ ਉਦੋਂ ਹੀ ਸਿੱਖਣ ਨੂੰ ਚੀਜ਼ਾਂ ਮਿਲ ਜਾਣੀਆਂ ਜਦ ਤੁਸੀਂ ਹਨਾ ਕਿਸੇ ਡੈਸਟੀਨੇਸ਼ਨ ਤੱਕ ਜਾਓਗੇ ਉੱਥੋਂ ਭਾਵੇਂ ਤੁਸੀਂ ਹੋਟਲ 'ਤੇ ਜਾ ਰਹੇ ਹੋ ਭਾਵੇਂ ਤੁਸੀਂ ਕਿਸੇ ਫਰੈਂਡ ਕੋਲ ਜਾਣਾ ਤੁਸੀਂ ਰਾਹ 'ਚ ਹੀ ਤੁਹਾਨੂੰ ਜਿਵੇਂ ਹਨਾ ਇੱਕ ਬੰਦੇ ਦਾ ਕਹਿ ਦੇ ਵੀ ਦੂਜਾ ਹੀ ਜਨਮ ਹੁੰਦਾ ਬੰਦੇ ਦਾ ਬੰਦਾ ਦੂਜੀ ਦੁਨੀਆਂ 'ਚ ਆਉਂਦਾ ਹੈ ਪੁਰਾਣੀ ਚੀਜ਼ਾਂ ਪਿੱਛੇ ਛੱਡ ਕੇ ਤਾਂ ਨਹੀਂ ਕਹਿ ਸਕਦੇ ਪਰ ਉਹ ਨਾਲ ਲੈ ਕੇ ਆਉਂਦਾ ਬਸ ਬੰਦੇ ਨੂੰ ਇੱਥੇ ਇੰਨਾ ਹੁੰਦਾ ਵੀ ਸੋਝ ਹੀ ਹੁੰਦੀ ਆ ਅਤੇ ਇੱਥੇ ਨਵੇਂ ਸਟਾਈਲ 'ਚ ਉਹਨੂੰ ਥੋੜ੍ਹਾ ਟਾਈਮ ਵੀ ਲੱਗਦਾ ਅਤੇ ਆਪਾਂ ਉਹ ਵੀ ਚੀਜ਼ਾਂ ਤੁਹਾਨੂੰ ਹੈਲਪ ਕਰਾਂਗੇ ਜਿਹਨਾਂ ਚੀਜ਼ਾਂ 'ਚ ਅਸੀਂ ਗੁਜ਼ਰੇ ਹਾਂ ਜਾਂ ਜਿਹੜਾ ਸਾਡਾ ਐਕਸਪੀਰੀਅੰਸ ਆ ਮੈਨੂੰ ਵੀ ਜਿਵੇਂ ਆਪਾਂ ਸੇਮ ਕਾਲਜ 'ਚ ਪੜ੍ਹਦੇ ਰਹੇ ਆਪਾਂ ਕਲਾਸਮੇਟ ਸੀਗੇ ਅਤੇ ਮੈਨੂੰ ਵੀ MIT 'ਚ ਐਜ਼ ਅ ਸਟੂਡੈਂਟ ਸੀਨੀਅਰ ਬੜੀ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਉਹਦੇ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰ ਸਕਦਾ ਕਿਉਂਕਿ ਮੈਂ ਬਹੁਤ ਡਿਫਰੈਂਟ ਕਲਚਰ ਜਾਂ ਡਿਫਰੈਂਟ ਕੰਟਰੀ ਦੇ ਸਟੂਡੈਂਟਸ ਨਾਲ ਮੇਰੀ ਹਨਾ ਇੰਟਰੈਕਸ਼ਨ ਰਹੀ ਆ ਉੱਥੇ ਅਤੇ ਪ੍ਰੋਫੈਸਰ ਲੈਵਲ ਤੋਂ ਰਹਿ ਕੇ ਜਿਹੜੇ ਕਰੀਅਰ ਕਾਉਂਸਲਰ ਨੇ ਉਹਨਾਂ ਤੱਕ ਹਨਾ ਮੀਟਿੰਗਸ ਰਹੀਆਂ ਨੇ ਹੈਡ ਆਫ ਡਿਪਾਰਟਮੈਂਟ ਜਿਹੜੇ ਅਕੈਡਮਿਕ ਬੋਰਡ ਦੇ ਤਾਂ ਸਾਰੇ ਲੈਵਲ 'ਤੇ ਹਨਾ ਰੁਪਿੰਦਰ ਬਾਈ ਨੇ ਵੀ ਸਾਰਾ ਹਨਾ ਇੱਥੇ ਦਾ ਦੇਖਿਆ ਪੋਲੀਟੀਕਲ ਸਭ ਕੁਛ ਆਪਾਂ ਇਸ਼ੂ ਆਪਾਂ ਡਿਸਕਸ ਕਰਦੇ ਰਹਿੰਦੇ ਹਾਂ ਅਤੇ ਬਾਈ ਨੇ ਜਿਵੇਂ ਕੁਆਇਨ ਕੀਤਾ ਸੀਗਾ ਆਈਡੀਆ ਵੀ ਆਪਾਂ ਹਨਾ ਕੁਛ ਸ਼ੁਰੂ ਕਰਦੇ ਹਾਂ ਇਹ ਆਪਾਂ ਨੂੰ ਮਤਲਬ ਡਿਸਕਸ ਕਰਦੇ ਬਹੁਤ ਟਾਈਮ ਹੋ ਗਿਆ ਸੀਗਾ ਕੁਛ ਲੋਕਡਾਊਨ ਕਰਕੇ ਹੁਣ ਆਹ ਮੀਟਿੰਗ ਆਪਾਂ ਨੂੰ ਔਨਲਾਈਨ ਕਰਨੀ ਪੈ ਰਹੀ ਆ ਜੋ ਕਿ ਮੇ ਬੀ ਨੈਕਸਟ ਵੀਕ ਆਪਾਂ ਹੋਪ ਕਰਦੇ ਹਾਂ ਰੈਸਟ੍ਰਿਕਸ਼ਨ ਖੁੱਲ ਜਾਣਗੀਆਂ ਅਤੇ ਤੁਹਾਡੇ ਤੱਕ ਵਧੀਆ ਹੋਰ ਵੀ ਕੰਟੈਂਟ ਲੈ ਕੇ ਆਵਾਂਗੇ ਆਉਣ ਵਾਲੀ ਵੀਡੀਓਜ਼ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓਜ਼ ਪਸੰਦ ਆਉਣਗੇ ਇਨਫੋਰਮੇਸ਼ਨ ਤੁਹਾਨੂੰ ਬਹੁਤ ਓਬਵੀਅਸਲੀ ਜੀ ਗੱਲ ਆ ਕਿਉਂਕਿ ਮਿਲੂਗੀ ਕਿਉਂਕਿ ਐਕਸਪੀਰੀਅੰਸ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਆਪਾਂ ਤਾਂ ਫਿਰ ਵੀ ਕਹਿਣਾ ਹਰ ਕੋਈ ਬੰਦਾ ਜਿਹੜਾ ਇੱਥੇ ਆਉਂਦਾ $45-50 ਦਾ ਬੇਸਿਕ ਦੇ ਕੇ ਆਉਂਦਾ ਇਹਨਾਂ ਨੂੰ ਅਤੇ ਉਹ ਜੇ ਆਪਾਂ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਾਂਗੇ ਜਿਵੇਂ ਬਾਈ ਨੇ ਦੱਸਿਆ ਵੀ ਤੁਹਾਡੀ ਲਾਇਸੈਂਸਿੰਗ ਸਕੀਮ 'ਚ ਜੇ ਹੈਲਪ ਕਰ ਦਈਏ ਕਿਉਂਕਿ ਜਿਹੜੀ ਚੀਜ਼ਾਂ ਇੱਥੇ ਆ ਕੇ ਤੁਹਾਨੂੰ ਪਤਾ ਰਿਲਾਈਜ਼ ਹੋਣੀਆਂ ਵੀ ਜੇ ਮੈਂ ਉਹ ਚੀਜ਼ 2 ਸਾਲ ਪਹਿਲਾਂ ਉੱਥੇ ਬਣਾਈ ਹੁੰਦੀ ਲਾਇਸੈਂਸ ਤਾਂ ਮੈਨੂੰ ਇੱਥੇ ਆ ਕੇ ਫੁੱਲ ਮਿਲਣਾ ਸੀਗਾ ਫੁੱਲ ਤੋਂ ਬਾਅਦ ਮਤਲਬ ਉਹ ਚੀਜ਼ਾਂ ਬਹੁਤ ਡੀਪ ਲੈਵਲ 'ਤੇ ਆਪਾਂ ਰਿਸਰਚ ਤੁਹਾਡੇ ਨਾਲ ਆਪ ਬਹਿ ਕੇ ਕਰਾਂਗੇ ਤੁਹਾਨੂੰ ਵਿਦ ਲਿੰਕ ਆਪਾਂ ਪ੍ਰੂਵ ਕਰਾਂਗੇ ਵੀ ਜਿਹੜੀਆਂ ਅਸਲ ਗੱਲਾਂ ਨੇ ਉਹ ਕਿਉਂ ਨਹੀਂ ਇੱਥੇ ਕੋਈ ਪਾ ਰਿਹਾ ਅਤੇ ਵਧੀਆ ਇਹ ਪਲੇਟਫਾਰਮ ਤੁਹਾਡੇ ਲਈ ਬਹੁਤ ਹੈਲਪਫੁਲ ਰਹੂਗਾ ਅਤੇ ਬਸ ਆਪਾਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਆਪਾਂ ਨੂੰ ਮੋਟੀਵੇਟ ਕਰੋ ਤੁਹਾਡਾ ਰਿਸਪੋਂਸ ਜਿਵੇਂ ਦਾ ਰਹੂਗਾ ਆਪਾਂ ਉਹਦੇ ਰਿਗਾਰਡਿੰਗ ਜਿਵੇਂ ਤੁਹਾਡੀ ਕੁਐਰੀਜ਼ ਹੋਣਗੀਆਂ ਤੁਸੀਂ ਕਮੈਂਟ ਡ੍ਰੌਪ ਬਾਕਸ 'ਚ ਛੱਡ ਸਕਦੇ ਹੋ ਅਤੇ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਥੈਂਕ ਯੂ ਮੋਹਿਤ ਵੀਰੇ ਇੰਨੀ ਵਧੀਆ ਤਰੀਕੇ ਨਾਲ ਸਮਝਾਉਣ ਲਈ ਤੇ ਹੁਣ ਮੈਂ ਇਸ ਵੀਡੀਓ ਦੇ ਐਂਡ ਵੱਲ ਵੱਧਦਾ ਮੈਂ ਜਸਟ ਤੁਹਾਨੂੰ ਸਿਰਫ ਇਹੀ ਕਹੂੰਗਾ ਕਿ ਇਸ ਚੈਨਲ ਦਾ ਤੁਹਾਨੂੰ ਮੇਨ ਮੋਟਿਵ ਪਤਾ ਲੱਗ ਗਿਆ ਤੇ ਇਹਦੇ ਨਾਲ ਅਸੀਂ ਮੇਕ ਸ਼ੋਰ ਕਰਾਂਗੇ ਕਿ ਤੁਹਾਨੂੰ ਆਸਟ੍ਰੇਲੀਆ ਦੇ ਰਿਲੇਟਡ ਇੱਥੇ ਦੇ ਸਿਸਟਮ ਦੇ ਰਿਲੇਟਡ ਇੱਥੇ ਦੇ ਪੋਲੀਟੀਕਲ ਲੈਵਲ ਦੇ ਰਿਲੇਟਡ ਕਿਉਂਕਿ ਹਰੇਕ ਕੰਟਰੀ ਦਾ ਤੁਸੀਂ ਜਿੱਥੇ ਵੀ ਕੋਈ ਕਿਤੇ ਜਾਓਗੇ ਤਾਂ ਉੱਥੇ ਦੀ ਪੋਲੀਟਿਕਸ ਬਹੁਤ ਮੇਨ ਰੋਲ ਪਲੇ ਕਰਦੀ ਆ ਇਸ ਚੀਜ਼ ਦੇ ਵਿੱਚ ਕਿ ਉੱਥੇ ਕਿੱਦਾਂ ਦਾ ਸਿਸਟਮ ਹੋਊਗਾ ਉੱਥੇ ਕਿੱਦਾਂ ਦੀਆਂ ਫੈਸਿਲਿਟੀਜ਼ ਮਿਲਣਗੀਆਂ ਤੇ ਓਬਵੀਅਸਲੀ ਜਿੱਦਾਂ ਆਸਟ੍ਰੇਲੀਆ ਜਾਂ ਕੈਨੇਡਾ ਵਰਗੀਆਂ ਕੰਟਰੀਜ਼ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕਾਫੀ ਜ਼ਿਆਦਾ ਡਿਪੈਂਡੈਂਟ ਨੇ ਤਾਂ ਓਬਵੀਅਸਲੀ ਜਦੋਂ ਇੱਥੇ ਦਾ ਕੋਈ ਪੋਲੀਟੀਕਲ ਜਿਹੜਾ ਕੋਈ ਮਿਨਿਸਟਰ ਹੈ ਜਾਂ ਕੋਈ ਵੀ ਆ ਉਹ ਜਦੋਂ ਕੋਈ ਵੀ ਸਟੇਟਮੈਂਟ ਇਸ ਚੀਜ਼ ਦੇ ਰਿਲੇਟਡ ਦਿੰਦਾ ਤਾਂ ਉਹ ਬਹੁਤ ਮੈਟਰ ਕਰਦੀ ਆ ਤਾਂ ਅਸੀਂ ਉਹਨਾਂ ਚੀਜ਼ਾਂ ਦਾ ਵੀ ਮੇਕ ਸ਼ੋਰ ਕਰਾਂਗੇ ਕਿ ਪੋਲੀਟੀਕਲ ਲੈਵਲ ਤੇ ਇੱਥੇ ਕੀ ਚੀਜ਼ਾਂ ਚੱਲ ਰਹੀਆਂ ਨੇ ਉਹ ਤੁਹਾਨੂੰ ਜ਼ਰੂਰ ਦੱਸੀਏ ਕਿਉਂਕਿ ਅੱਜ ਜੋ ਕੋਈ ਸਟੇਟਮੈਂਟ ਕੋਈ ਵੀ ਮਿਨਿਸਟਰ ਦਿੰਦਾ ਜਾਂ ਕੋਈ ਇੱਥੇ ਦਾ ਪ੍ਰਾਈਮ ਮਿਨਿਸਟਰ ਦਿੰਦਾ ਜਾਂ ਕੋਈ ਵੀ ਕੈਬਨਿਟ ਦਾ ਬੰਦਾ ਦਿੰਦਾ ਉਹਦਾ ਆਉਣ ਵਾਲੇ 4 ਮਹੀਨੇ 6 ਮਹੀਨੇ ਕਦੇ ਨਾ ਕਦੇ ਉਹਦਾ ਇੰਪੈਕਟ ਦਿਸਣਾ ਕਿਉਂਕਿ ਉਹੀ ਉਹ ਪਾਲਿਸੀਜ਼ ਬਣਾਉਣ ਵਾਲੇ ਨੇ ਤੇ ਜਦੋਂ ਇੱਕ ਪਹਿਲਾਂ ਤੁਹਾਨੂੰ ਪਲੈਨ ਆਊਟ ਕਰ ਜਾਂਦੇ ਨੇ ਕਿ ਹਾਂ ਅਸੀਂ ਇਹ ਚੀਜ਼ ਕਰਨ ਲੱਗੇ ਹਾਂ ਤਾਂ ਓਬਵੀਅਸਲੀ ਉਹ ਚੀਜ਼ ਸਾਡੇ ਜਿਹੜੇ ਆਉਣ ਵਾਲੇ ਸਟੂਡੈਂਟਸ ਨੇ ਜਾਂ ਜਿਹੜੇ ਅਸੀਂ ਇੱਥੇ ਬੈਠੇ ਹਾਂ ਹਰ ਬੰਦੇ ਦੀ ਲਾਈਫ ਉਸ ਚੀਜ਼ ਨਾਲ ਇੰਪੈਕਟ ਹੁੰਦੀ ਆ ਤਾਂ ਅਸੀਂ ਮੇਕ ਸ਼ੋਰ ਕਰਾਂਗੇ ਕਿ ਉਦਾਂ ਦੀਆਂ ਵੀ ਕੁਝ ਚੀਜ਼ਾਂ ਦੱਸੀਏ ਉਹ ਵੀ ਇੱਦਾਂ ਦੇ ਇੰਟਰਸਟਿੰਗ ਫੈਕਟਸ ਹੋਣਗੇ ਉਸ ਤੋਂ ਬਾਅਦ ਹੋਰ ਵੀ ਇੰਟਰਸਟਿੰਗ ਫੈਕਟਸ ਅਸੀਂ ਬਹੁਤ ਸਾਰੇ ਲੈ ਕੇ ਆਵਾਂਗੇ ਇਹਦੇ ਵਿੱਚ ਜਿਹਦੇ ਨਾਲ ਕਿ ਤੁਹਾਨੂੰ ਇਹ ਫੀਲ ਹੋਊਗਾ ਕਿ ਹਾਂ ਤੁਸੀਂ ਇੱਕ ਵਧੀਆ ਚੈਨਲ ਦੇਖ ਰਹੇ ਹੋ ਤੁਹਾਨੂੰ ਇੱਕ ਵਧੀਆ ਇਨਫੋਰਮੇਸ਼ਨ ਮਿਲ ਰਹੀ ਹੈ ਨਾ ਕਿ ਤੁਹਾਨੂੰ ਜਿੱਦਾਂ ਕੋਈ ਪਰਸਨਲ ਵਲੌਗ ਟਾਈਪ ਚੀਜ਼ ਲੱਗੇ ਆ ਕੁਛ ਵੀ ਕਿਉਂਕਿ ਅਸੀਂ ਜਿਸ ਚੀਜ਼ ਦੇ ਵਿੱਚੋਂ ਲੰਘੇ ਹਾਂ ਅਸੀਂ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਇਲਾਵਾ ਜੋ ਇਨਫੋਰਮੇਸ਼ਨ ਤੁਹਾਡੇ ਕੰਮ ਆਉਣ ਵਾਲੀ ਹੈਗੀ ਆ ਅਸੀਂ ਮੇਕ ਸ਼ੋਰ ਕਰਾਂਗੇ ਅਸੀਂ ਉਹ ਚੀਜ਼ ਤੁਹਾਡੇ ਨਾਲ ਵੱਧ ਸ਼ੇਅਰ ਕਰੀਏ ਰਾਦਰ ਦੈਨ ਆਪਣੀ ਪਰਸਨਲ ਲਾਈਫ ਨਾਲੋਂ ਕਿਉਂਕਿ
ਤੁਹਾਨੂੰ ਵੀ ਪਤਾ ਲੱਗ ਸਕੇ ਕਿ ਇੱਥੇ ਰੀਅਲ ਲਾਈਫ 'ਚ ਪ੍ਰੋਬਲਮਸ ਕੀ ਆਉਂਦੀਆਂ ਤਾਂ ਉਹਦੇ ਲਈ ਅਸੀਂ ਆਪਣੇ ਅਤੇ ਆਪਣੇ ਜੋ ਵੀ ਸਾਡੇ ਫਰੈਂਡਸ ਸਾਡੇ ਨਾਲ ਹੋਰ ਅੱਗੇ ਆਉਣਗੇ ਅਸੀਂ ਉਹਨਾਂ ਦੇ ਐਕਸਪੀਰੀਅੰਸਿਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਸੇ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਸਾਨੂੰ ਸ਼ੇਅਰ ਅਤੇ ਸਪੋਰਟ ਕਰੋ ਅਤੇ ਇਹ ਵੀਡੀਓਜ਼ ਅਤੇ ਆਉਣ ਵਾਲੀਆਂ ਜਿਹੜੀਆਂ ਵੀ ਸਾਡੀਆਂ ਵੀਡੀਓਜ਼ ਆਉਣਗੀਆਂ ਉਹਨਾਂ ਨੂੰ ਜ਼ਰੂਰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਉਸ ਤੋਂ ਬਾਅਦ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਅਸੀਂ ਵੀ ਮੋਟੀਵੇਟ ਹੋਈਏ ਅਤੇ ਅਸੀਂ ਉਸ ਤੋਂ ਬਾਅਦ ਤੁਹਾਨੂੰ ਵੀ ਮੋਟੀਵੇਟ ਕਰ ਸਕੀਏ ਥੈਂਕ ਯੂ ਸੋ ਮੱਚ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ